ਖਾਲਸਾ ਵੈਰ ਜੀਤੀ ਫਤਿਹ ਇੱਥੇ ਸਲਾਨਾ ਜੋੜ ਮੇਲਾ ਕਿਉਂਕਿ ਤੋਂ ਪਾਕਿਸਤਾਨ ਤੋਂ ਆਇਆ ਇੱਥੇ ਜਸਟਿਸ ਭਗਤ ਸਿੰਘ ਭਗਤ ਸਿੰਘ ਬੰਤਾ ਸਿੰਘ ਸੰਤਾ ਸਿੰਘ ਇਹ ਬਜ਼ੁਰਗਾਂ ਨੇ ਵਿਸਾਖੀ ਸ਼ੁਰੂ ਕੀਤੀ ਇੱਥੇ ਉਸ ਤੋਂ ਬਾਅਦ ਅੱਜ ਤੱਕ ਚੱਲਦੀ ਵੀ ਹੈ ਖਾਲਸੇ ਪੰਥ ਦਾ ਪ੍ਰਕਾਸ਼ ਸ਼ੁੱਧ ਧਰਮ ਜੀ ਹੈਗਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਸਾਰਾ ਇਲਾਕਾ ਮਨਾਉਂਦਾ ਇਹਦੇ ਵਾਸਤੇ ਜਿਹੜੇ ਚੈਨਲ ਸਾਹਿਬ ਤੁਸੀਂ ਆਏ ਹੋ ਇੰਨਾ ਕੀਮਤੀ ਵੇਲੇ ਕੱਢ ਕੇ ਤੁਹਾਡਾ ਵੀ ਬਹੁਤ ਧੰਨਵਾਦ ਹੈ ਅਤੇ ਸੰਗਤਾਂ ਦਾ ਵੀ ਧੰਨਵਾਦ ਹੈ ਬੜੇ ਸ਼ਰਧਾ ਭਾਵਨਾ ਨਾਲ ਸੰਗਤਾਂ ਆਣ ਕੇ ਮੇਲਾ ਖਾਲਸੇ ਦਾ ਪ੍ਰਕਾਸ਼ ਉੱਤੇ ਮਨਾਇਆ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅੰਮ੍ਰਿਤ ਦਾ ਬਾਟਾ ਤਿਆਰ ਹੈ ਅੰਮ੍ਰਿਤ ਛਕਾਇਆ ਜਾਏਗਾ ਅਤੇ ਗੁਰੂ ਵਾਲੇ ਬਣ ਕੇ ਅਤੇ ਆਪਣਾ ਜੀਵਨ ਸਫਲ ਕਰੋ ਨਾਇਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਜਸੇਦਾਰ ਹੈ ਸਾਰੇ ਹਰਿਆਣੇ ਦਾ ਸਾਡਾ ਚਾਚਾ ਹਰਵੇਲ ਸਿੰਘ ਜਸੇਦਾਰ ਜੀ ਬੁੱਢੇ ਦਲ ਦਾ ਅਤੇ ਅੱਗੋਂ ਜਦੋਂ ਦੇ ਸਾਡੇ ਪਾਕਿਸਤਾਨ ਨੂੰ ਆਈ ਸਿੱਖ ਉਵੇਂ ਦੇ ਸਾਡੇ ਉਦੋਂ ਦਾ ਚਾਚਾ ਜਸੇਦਾਰ ਦੀ ਡਿਊਟੀ ਲੱਗੀ ਹੈ ਇੱਥੇ ਸਾਡੀ ਸਿੱਖ ਕੌਮ ਵਿਸਾਖੀ ਮਨਾਉਂਦੀ ਹੈ ਅਤੇ ਅਸੀਂ ਆਏ ਸਾਲ ਬਾਅਦ ਆਉਂਦੀ ਡਟ ਕੇ ਵਿਸਾਖੀ ਮਨਾਉਂਦੇ ਹਾਂ ਸਾਰੀ ਸੰਗਤ ਦੇ ਨਾਲ ਕਈਆਂ ਪਿੰਡਾਂ ਦਾ ਸ਼ਹਿਰ ਦਾ ਸੰਯੋਗ ਹੁੰਦਾ ਹੈ ਅਤੇ ਤੁਹਾਡੇ ਵਰਗੇ ਭਰਾਵਾਂ ਦਾ ਪੱਤਰਕਾਰਾਂ ਦਾ ਅਤੇ ਇਹ ਸਾਡੇ ਬਜ਼ੁਰਗਾਂ ਦਾ ਪਾਕਿਸਤਾਨ ਆਏ ਸਨ ਇਹ ਸਾਡੇ ਵੱਡੇ ਨੇ ਸਾਡੇ ਇਲਾਕੇ ਦੀ ਸ਼ਾਨ ਮਾਣ ਇਹ ਹੀ ਨੇ ਹਰਵੇਲ ਸਿੰਘ ਜੀ ਜਥੇਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਸਮਾਗਮ ਹੈ ਇਹ ਸਾਡੇ ਜੰਮਣ ਤੋਂ ਪਹਿਲਾਂ ਜੋ ਸਾਡੇ ਤਾਰੂ ਚਾਚਿਆਂ ਨੇ ਸ਼ੁਰੂ ਕੀਤਾ ਸੀ ਉਹ ਜਥੇਦਾਰ ਸਾਹਿਬ ਨੇ ਆਪਣੀ ਸੰਗਤ ਦੇ ਸਹਿਯੋਗ ਦੇ ਨਾਲ ਬੜਾ ਵੱਡਾ ਉਪਰਾਲਾ ਕਰਦੇ ਨੇ ਅਤੇ ਹਰ ਸਾਲ ਖੰਡੇ ਪਰ ਦਾ ਅੰਮ੍ਰਿਤ ਛਕਾ ਕੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ ਅਤੇ ਅਸੀਂ ਵੀ ਨਾਲ ਸਹਿਯੋਗ ਦੇ ਕੇ ਦਸ ਦੀ ਡਿਊਟੀ ਹੁੰਦੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨਾ ਅੰਮ੍ਰਿਤ ਛਕੋ ਦੇ ਨਾਮ ਜਪੋ ਇਹ ਪ੍ਰਚਾਰ ਸਭ ਦਾ ਹੱਕ ਮੰਗ ਸਭ ਦਾ ਭਲੇ ਲਈ ਚੜ੍ਹਦੀ ਕਲਾ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਕੁਛ ਕਹਿਣਾ ਚਾਹੀਏ ਆਜ ਵਿਸਾਖੀ ਕੇ ਤੌਰ ਪਰ ਆਜ ਵਿਸਾਖੀ ਕੇ ਤਿਉਹਾਰ ਪੇ ਮੈਂ ਸਭੀ ਸਭੀ ਕੋ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਵਿਸਾਖੀ ਕੇ ਇਸ ਤਿਉਹਾਰ ਪੇ ਸਭੀ ਪ੍ਰਦੇਸ਼ ਵਾਸੀਓ ਕੋ ਲੱਖ ਲੱਖ ਵਧਾਈ।